ਵੈਲਕਮ ਟੂ ਮਾਈ ਚੈਨਲ। ਅੱਜ ਅਸੀਂ ਕਟਹਲ ਦੀ ਸਬਜ਼ੀ ਬਣਾ ਰਹੇ ਹਾਂ। ਕਟਹਲ ਦੀ ਸਬਜ਼ੀ ਜਿਹੜੀ ਆ ਇਹਦੇ ਬਹੁਤ ਸਾਰੇ ਗੁਣ ਹੁੰਦੇ ਆ। ਇਹ ਸਾਨੂੰ ਗਰਮੀ ਤੋਂ ਵੀ ਬਚਾਉਂਦਾ ਆ ਔਰ ਇਹਦੇ ਵਿੱਚ ਵਿਟਾਮਿਨ ਸੀ ਜਿਹੜਾ ਬਹੁਤ ਹੁੰਦਾ ਆ, ਜਿਹੜਾ ਕਿ ਸਾਡੇ ਲਈ ਬਹੁਤ ਜ਼ਿਆਦਾ ਗੁਣਕਾਰੀ ਹੈਗਾ ਆ। ਹਾਰਟ ਡਿਜ਼ੀਜ਼ ਲਈ ਵੀ ਇਹ ਬਹੁਤ ਜ਼ਿਆਦਾ ਵਧੀਆ ਆ ਅਤੇ ਬੀਪੀ ਨੂੰ ਤਾਂ ਇਹ ਆਪਣਾ ਮੇਨਟੇਨ ਰੱਖਦਾ ਹੈਗਾ ਆ। ਹੁਣ ਅਸੀਂ ਦੇਖਦੇ ਹਾਂ ਕਿ ਕਟਹਲ ਜਿਹੜਾ ਆ ਉਹਨੂੰ ਅਸੀਂ ਕਿਸ ਤਰ੍ਹਾਂ ਤਿਆਰ ਕਰਾਂਗੇ। ਮੈਂ 1 ਕਿਲੋ ਜਿਹੜਾ ਕਟਹਲ ਲਿਆ ਹੈਗਾ ਆ, ਹੁਣ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਕਿ ਅਸੀਂ ਉਹਨੂੰ ਕਿਸ ਤਰ੍ਹਾਂ ਛਿੱਲਣਾ ਹੈਗਾ ਆ, ਕਿਸ ਤਰ੍ਹਾਂ ਬਣਾਉਣਾ ਹੈਗਾ ਆ। ਸਾਡੀ ਵੀਡੀਓ ਨਾਲ ਬਣੇ ਰਹੋ। ਆਓ ਦੇਖੀਏ। ਹਾਂਜੀ, 1 ਕਿਲੋ ਕਟਹਲ ਲੈ ਲਿਆ ਮੈਂ। ਪਿਆਜ਼ ਲੈ ਲਏ ਸੀ 2 ਮੀਡੀਅਮ ਸਾਈਜ਼ ਦੇ ਅਤੇ ਅਦਰਕ ਮਿਰਚ ਮੈਂ ਥੋੜ੍ਹਾ ਜਿਹਾ ਛੋਟਾ ਟੁਕੜਾ ਅਦਰਕ ਔਰ 2 ਮਿਰਚ ਲਈਆਂ, 2 ਮੈਂ ਲਾਲ ਮਿਰਚ ਸੁੱਕੀਆਂ ਲੈ ਲਈਆਂ ਔਰ ਲਸਣ ਦੀਆਂ 10 ਤੋਂ 12 ਕਲੀਆਂ ਲਈਆਂ ਆ ਮੈਂ। 1 ਪਿਆਜ਼ ਮੈਂ ਲੈ ਲਿਆ ਹੈਗਾ ਆ, ਇਹਨੂੰ ਮੈਂ ਟੋਪਿੰਗ ਦੀ ਤਰ੍ਹਾਂ ਮੋਟਾ ਮੋਟਾ ਕੱਟ ਲੂੰਗੀ। 1 ਇਲਾਇਚੀ ਔਰ ਹਿੰਗ ਲਈ ਆ ਔਰ ਥੋੜ੍ਹੀ ਜਿਹੀ ਅਜਵਾਇਣ ਲੈ ਲਈ ਹੈ ਮੈਂ। ਹਾਂਜੀ, ਇੱਧਰ ਮੈਂ ਸੁੱਕਾ ਧਨੀਆ ਲਿਆ ਆ। ਅਸੀਂ ਕਟਹਲ ਦੇ ਵਿੱਚ ਸੁੱਕਾ ਧਨੀਆ ਪਾਵਾਂਗੇ, ਇਹਦਾ ਬਹੁਤ ਵਧੀਆ ਟੇਸਟ ਆਊਗਾ। ਅਤੇ ਹੁਣ ਅਸੀਂ ਦੇਖਦੇ ਹਾਂ ਵੀ ਅਸੀਂ ਕਿਸ ਤਰ੍ਹਾਂ ਇਹਨੂੰ ਛਿੱਲਣਾ ਹੈਗਾ ਆ। ਛਿੱਲਣ ਤੋਂ ਪਹਿਲਾਂ ਅਸੀਂ ਹੱਥਾਂ ਨੂੰ ਸਰ੍ਹੋਂ ਦਾ ਤੇਲ ਲਾ ਲੈਣਾ ਕਿਉਂਕਿ ਖਾਰਿਸ਼ ਹੋਣ ਲੱਗ ਜਾਂਦੀ ਆ। ਅਤੇ ਜਦੋਂ ਵੀ ਤੁਸੀਂ ਇਹਨੂੰ ਛਿੱਲਣਾ ਹੈਗਾ ਸਰ੍ਹੋਂ ਦਾ ਤੇਲ ਜਿਹੜਾ ਆ ਇਸ ਤਰ੍ਹਾਂ ਆਪਣੇ ਹੱਥਾਂ ਨੂੰ ਲਗਾ ਲੈਣਾ ਆ, ਫਿਰ ਤੁਸੀਂ ਛਿੱਲਣਾ ਹੈਗਾ ਆ। ਹੁਣ ਦੇਖਦੇ ਹਾਂ ਆਪਾਂ ਇਹਨੂੰ ਛਿੱਲ ਕੇ ਕਿ ਇਹ ਕਿਸ ਤਰ੍ਹਾਂ ਜਿਹੜਾ ਹੈਗਾ ਵਿੱਚੋਂ ਨਿਕਲਦਾ ਹੈਗਾ। ਦੇਖੋ ਇਹਦੇ ਆਸ ਪਾਸ ਜਿਹੜੇ ਹੈਗੇ ਆ ਸਾਰੀ ਸਾਈਡ 'ਤੇ ਬਾਹਰਲੀ ਸਾਈਡ 'ਤੇ ਕੰਢੇ ਹੁੰਦੇ ਆ। ਇਹ ਜਿਹੜੀ ਛਿੱਲ ਹੁੰਦੀ ਆ ਬਹੁਤ ਮੋਟੀ ਉਤਾਰਨੀ ਪੈਂਦੀ ਆ। ਵੈਸੇ ਤਾਂ ਬਾਜ਼ਾਰ ਵਿੱਚ ਕੱਟੇ ਕਟਾਏ ਵੀ ਮਿਲ ਜਾਂਦੇ ਆ, ਲੇਕਿਨ ਮੈਂ ਬਿਨਾਂ ਛਿੱਲ ਤੋਂ ਨਹੀਂ ਲੈ ਕੇ ਆਈ, ਛਿੱਲ ਵਾਲਾ ਲੈ ਕੇ ਆਈ ਹਾਂ ਤਾਂ ਕਿ ਮੈਂ ਤੁਹਾਨੂੰ ਕੱਟ ਕੇ ਵੀ ਦੱਸ ਸਕਾਂ ਕਿ ਇਹ ਬਾਹਰ ਤੋਂ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। ਹੁਣ ਇਹ ਅਸੀਂ ਕੱਟਿਆ ਸੀਗਾ ਅਤੇ ਕਾਫੀ ਦੇਰ ਦਾ ਮੈਂ ਬਾਜ਼ਾਰ ਤੋਂ ਲੈ ਕੇ ਆਈ ਸੀ ਤਾਂ ਕਾਲਾ ਕਾਲਾ ਥੋੜ੍ਹਾ ਜਿਹਾ ਹੋ ਗਿਆ, ਤਾਂ ਅਸੀਂ ਉਹ ਥੋੜ੍ਹੀ ਜਿਹੀ ਜਿਹੜੀ ਛਿੱਲ ਜਿਹੀ ਉਤਾਰ ਲਈਏ ਤਾਂ ਕਿ ਥੋੜ੍ਹਾ ਜਿਹਾ ਵਧੀਆ ਨਿਕਲ ਆਵੇ ਵਿੱਚੋਂ। ਕੱਟ ਕੇ ਅਸੀਂ ਇੱਕ ਟੋਕਰੀ ਦੇ ਵਿੱਚ ਛੋਟੇ ਛੋਟੇ ਟੁਕੜੇ ਕਰ ਲੈਣੇ ਆ। ਇਸੇ ਤਰੀਕੇ ਅਸੀਂ ਜਿਹੜਾ ਦੂਸਰਾ ਕਟਹਲ ਹੈਗਾ ਆ ਉਹਨੂੰ ਵੀ ਆਪਾਂ ਇਸ ਤਰ੍ਹਾਂ ਛਿੱਲ ਕੇ ਕੱਟ ਲਾਂਗੇ। ਇਹਦੇ ਵਿੱਚੋਂ ਲੇਸ ਲੇਸ ਜੀ ਜ਼ਿਆਦਾ ਨਿਕਲਦੀ ਹੁੰਦੀ ਆ, ਇਸ ਕਰਕੇ ਤੁਸੀਂ ਹੱਥਾਂ ਨੂੰ ਜਿਹੜਾ ਤੇਲ ਲਗਾ ਲੈਣਾ ਉਹ ਜਿਹੜੀ ਲੇਸ ਹੈਗੀ ਆ ਉਹ ਹੱਥਾਂ ਨੂੰ ਖਾਰਿਸ਼ ਕਰਦੀ ਆ। ਦੇਖੋ ਕਿੰਨੀ ਮੋਟੀ ਛਿੱਲ ਇਹਦੀ ਉਤਰੀ ਹੈਗੀ ਆ। ਇਹਦੇ ਵਿੱਚ ਜਿਹੜੇ ਬੀਜ ਹੁੰਦੇ ਆ ਉਹਨਾਂ ਦਾ ਆਪਣਾ ਫਾਇਦਾ ਆ, ਉਹ ਵੀ ਮੈਂ ਵਿੱਚ ਹੀ ਰੱਖ ਰਹੀ ਹਾਂ, ਤੁਸੀਂ ਕੱਢਣਾ ਚਾਹੋ ਤਾਂ ਕੱਢ ਵੀ ਸਕਦੇ ਆ। ਦੇਖੋ ਬਹੁਤ ਹਾਰਡ ਹੁੰਦਾ ਆ, ਇਹਨੂੰ ਕੱਟਣਾ ਜਿਹੜਾ ਆ ਬੜੇ ਜ਼ੋਰ ਨਾਲ ਪੈਂਦਾ ਆ, ਕਾਫੀ ਹਾਰਡ ਹੈਗਾ ਇਹ। ਦੇਖੋ ਕਿੰਨੀ ਲੇਸ ਛੱਡ ਰਿਹਾ, ਇਹ ਬਹੁਤ ਜ਼ਿਆਦਾ ਲੇਸ ਛੱਡਣ ਕਰਕੇ ਹੀ ਇਹ ਜਿਹੜਾ ਚਿਪਚਿਪਾ ਜਿਹਾ ਹੋ ਜਾਂਦਾ ਆ। ਦੇਖੋ ਮੈਂ ਕੱਟ ਕੇ ਤਿਆਰ ਕਰ ਲਿਆ ਆ। ਹੁਣ ਅਸੀਂ ਇਹ ਜਿਹੜਾ ਕੱਟਿਆ ਹੋਇਆ ਕਟਹਲ ਆ ਇਹਨੂੰ ਵਾਸ਼ ਕਰਕੇ ਰੱਖ ਲਿਆ ਹੈਗਾ ਆ ਅਤੇ ਥੋੜ੍ਹੀ ਦੇਰ ਵੈਸੇ ਹਵਾ 'ਚ ਰੱਖ ਲਿਆ ਸੀ ਤਾਂ ਕਿ ਇਹਦੇ ਵਿੱਚੋਂ ਪਾਣੀ ਜਿਹੜਾ ਆ ਸੁੱਕ ਸਕੇ। ਅਤੇ ਇੱਧਰ ਅਸੀਂ ਤੇਲ ਗਰਮ ਕਰ ਲਿਆ ਹੈਗਾ, ਦੇਖੋ ਤੇਲ ਗਰਮ ਹੋ ਚੁੱਕਿਆ ਆ। ਜਿਹੜਾ ਕਟਹਲ ਹੈਗਾ ਅਸੀਂ ਥੋੜ੍ਹਾ ਥੋੜ੍ਹਾ ਪਾ ਕੇ ਇਹਦੇ ਵਿੱਚ ਫਰਾਈ ਕਰ ਲਾਂਗੇ, ਇਹਦੇ ਨਾਲ ਜਿਹੜੀ ਲੇਸ ਆ ਉਹ ਵੀ ਜਿਹੜੀ ਖਤਮ ਹੋ ਜਾਂਦੀ ਆ ਅਤੇ ਬਣਨ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦਾ। ਫਿਰ ਥੋੜ੍ਹਾ ਥੋੜ੍ਹਾ ਪਾ ਕੇ ਆਪਾਂ ਇਹਨੂੰ ਹਲਕਾ ਜਿਹਾ ਫਰਾਈ ਕਰ ਲਾਂਗੇ, ਜਿਹਦੇ ਨਾਲ ਇਹ ਸੌਫਟ ਵੀ ਹੋ ਜਾਏਗਾ। ਹਿਲਾਉਂਦੇ ਰਹਿਣਾ ਆਪਾਂ ਅਤੇ ਜਿਹੜੀ ਅੱਗ ਆ ਮੀਡੀਅਮ ਰੱਖਣੀ ਆ ਤਾਂ ਕਿ ਇਹ ਜਲੇ ਨਾ, ਸਿਰਫ ਹਲਕਾ ਸ਼ੈਲੋ ਫਰਾਈ ਜਿਹਾ ਹੀ ਹੋ ਜਾਵੇ। ਬਸ ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਫਰਾਈ ਕਰਕੇ ਆਪਾਂ ਅਲੱਗ ਬਰਤਨ 'ਚ ਕੱਢ ਲਾਂਗੇ।
ਸਾਰਾ ਅਸੀਂ ਕੱਠਲ ਜਿਹੜਾ ਆ ਇਸੇ ਤਰੀਕੇ ਹਲਕਾ ਫਰਾਈ ਕਰਕੇ ਅਲੱਗ ਤੋਂ ਰੱਖ ਲਵਾਂਗੇ। ਹੁਣ ਦੇਖੋ ਉਹੀ ਤੇਲ ਆਪਾਂ ਯੂਜ਼ ਕਰਦੇ ਹੋਏ ਆਪਾਂ ਕੱਠਲ ਦੀ ਜਿਹੜੀ ਸਬਜ਼ੀ ਤਿਆਰ ਕਰਾਂਗੇ। ਸਭ ਤੋਂ ਪਹਿਲਾਂ ਮੈਂ 2 ਪਿੰਚ ਜਿਹੜੀ ਰਤਨ ਜੋਤ ਪਾਉਂਗੀ। ਇਹਦੇ ਨਾਲ ਜਿਹੜਾ ਆ ਸਬਜ਼ੀ ਦਾ ਟੇਸਟ ਵੀ ਵਧੀਆ ਆਉਂਦਾ ਔਰ ਕਲਰ ਵੀ ਵਧੀਆ ਆਉਂਦਾ ਔਰ ਬਾਡੀ ਲਈ ਬਹੁਤ ਵਧੀਆ ਹੁੰਦੀ ਆ ਖਾਣੀ। ਸੋ ਰਤਨ ਜੋਤ ਜਿਹੜੀ ਮੈਂ ਸਬਜ਼ੀ ਦੇ ਵਿੱਚ ਪਾਉਂਦੀ ਰਹਿੰਦੀ ਹਾਂ। ਆਮ ਤੌਰ 'ਤੇ ਮੈਂ ਇਹ ਸਬਜ਼ੀ ਦੇ ਵਿੱਚ ਪਾਉਣਾ ਹੀ ਪਾਉਣੀ ਹੁੰਦੀ ਆ। ਹੁਣ ਮੈਂ ਪਾਉਂਗੀ ਜੰਮੂ ਮਸਾਲਾ ਜਿਹੜਾ ਕਿ ਇੱਕ ਟਿੱਕੀ ਦੀ ਸ਼ੇਪ 'ਚ ਹੁੰਦਾ ਆ। ਦੇਖੋ ਥੋੜ੍ਹਾ ਜਿਹਾ ਮੈਂ ਪਾ ਲਉਂਗੀ, ਇਹਦੇ ਨਾਲ ਟੇਸਟ ਹੋਰ ਵੀ ਜ਼ਿਆਦਾ ਵਧੀਆ ਹੋ ਜਾਂਦਾ ਆ ਅਤੇ ਖੁਸ਼ਬੂ ਬਹੁਤ ਵਧੀਆ ਆਉਂਦੀ ਆ। ਹੁਣ ਅਸੀਂ ਇਹਨੂੰ ਹਲਕਾ ਜਿਹਾ ਜੀਰਾ ਪਾ ਕੇ ਅੱਗੋਂ 1 ਚਮਚ ਅਸੀਂ ਸਾਬਤ ਧਨੀਆ ਵੀ ਪਾਵਾਂਗੇ। ਫਿਰ ਅਸੀਂ ਹਲਕਾ ਜਿਹਾ ਭੁੰਨ ਲਾਂਗੇ। ਇਸੇ ਤਰੀਕੇ 2 ਮਿੰਟ ਭੁੰਨਣ ਤੋਂ ਬਾਅਦ ਪਿਆਜ਼ ਪਾ ਲਾਂਗੇ ਜਿਹੜਾ ਅਸੀਂ ਬਰੀਕ ਬਰੀਕ ਕੱਟਿਆ ਆ। ਹੁਣ ਉਹਨੂੰ ਚਲਾਉਂਦੇ ਹੋਏ ਅਸੀਂ ਭੁੰਨਦੇ ਰਵਾਂਗੇ। ਜਿਹੜੀ ਕੱਠਲ ਦੀ ਸਬਜ਼ੀ ਹੈ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ। ਇਹਨੂੰ ਜੈਕ ਫਰੂਟ ਵੀ ਕਿਹਾ ਜਾਂਦਾ ਹੈਗਾ ਆ। ਲਸਣ ਦੀਆਂ ਕਲੀਆਂ ਜਿਹੜੀਆਂ ਆਪਾਂ ਉਹਨਾਂ ਨੂੰ ਕੁੱਟ ਕੇ ਪਾਵਾਂਗੇ। ਇਹਦਾ ਬਹੁਤ ਵਧੀਆ ਟੇਸਟ ਆਉਂਦਾ ਆ। ਜਦੋਂ ਅਸੀਂ ਲਸਣ ਨੂੰ ਕੁੱਟ ਕੇ ਪਾਈਏ ਤਾਂ ਇਹ ਬਹੁਤ ਜ਼ਿਆਦਾ ਵਧੀਆ ਟੇਸਟ ਦਿੰਦਾ ਆ। ਤੁਸੀਂ ਇਹਦੀ ਜਗ੍ਹਾ 'ਤੇ ਲਸਣ ਦੀ ਪੇਸਟ ਵੀ ਪਾ ਸਕਦੇ ਆ। ਅਗਰ ਤੁਹਾਡੇ ਕੋਲ ਲਸਣ ਨਹੀਂ ਹੈਗਾ ਤਾਂ ਤੁਸੀਂ ਲਸਣ ਦੀ ਪੇਸਟ ਵੀ ਪਾ ਸਕਦੇ ਆ। ਅਤੇ ਮੈਂ ਇੱਥੇ ਲਸਣ ਜਿਹੜਾ ਕੁੱਟ ਕੇ ਪਾ ਲਿਆ ਔਰ ਸੁੱਕੀ ਮਿਰਚ ਜਿਹੜੀ ਆ ਇਸੇ ਤਰੀਕੇ ਤੋੜ ਕੇ ਪਾ ਦਿੱਤੀ ਆ। ਅਦਰਕ ਔਰ ਹਰੀ ਮਿਰਚ ਵੀ ਅਸੀਂ ਨਾਲ ਦੀ ਨਾਲ ਹੀ ਪਾ ਦੇਣਾ ਕਿਉਂਕਿ ਸਾਰਾ ਮਸਾਲਾ ਜਿਹੜਾ ਅਸੀਂ ਅੱਛੀ ਤਰ੍ਹਾਂ ਮਿਕਸ ਕਰਕੇ ਹੀ ਭੁੰਨਾਂਗੇ। ਦੇਖੋ ਕਿੰਨਾ ਵਧੀਆ ਕਲਰ ਆਇਆ ਔਰ ਖੁਸ਼ਬੂ ਵੀ ਪਿਆਜ਼ ਦੀ ਬਹੁਤ ਵਧੀਆ ਆ ਰਹੀ, ਭੁੱਜ ਰਿਹਾ ਪਿਆਜ਼। ਹਾਂਜੀ ਹੁਣ ਅਸੀਂ ਜਿਹੜੀ ਹਿੰਗ ਆ, ਹਿੰਗ ਮੈਂ ਜਿਹੜੀ ਪਾਊਡਰ ਫਾਰਮ 'ਚ ਨਹੀਂ ਲੈਂਦੀ ਹੁੰਦੀ, ਦੂਸਰੀ ਤਰ੍ਹਾਂ ਲੈਂਦੀ ਹੁੰਦੀ ਹਾਂ। ਹੁਣ ਮੈਂ ਇੱਕ ਜਿਹੜੀ ਪਹਿਲਾਂ ਇਲਾਇਚੀ ਜਿਹੜੀ ਆ ਉਹਨੂੰ ਕੁੱਟ ਕੇ ਪਾਉਂਗੀ, ਫਿਰ ਮੈਂ ਨਾਲ ਹੀ ਇਹਦੇ ਹਿੰਗ ਪਾ ਲਉਂਗੀ। ਹਿੰਗ ਨੂੰ ਵੀ ਮੈਂ ਹਮੇਸ਼ਾ ਕੁੱਟ ਕੇ ਹੀ ਪਾਉਂਦੀ ਹੁੰਦੀ ਹਾਂ। ਅਤੇ ਮੇਰੇ ਕੋਲ ਦੇਖੋ ਇਸ ਤਰ੍ਹਾਂ ਦੀ ਹਿੰਗ ਹੈਗੀ ਆ, ਸਪੈਸ਼ਲ ਹਿੰਗ ਮੈਂ ਮੰਗਵਾਈ ਸੀਗੀ। ਇਹਨੂੰ ਵੀ ਅਸੀਂ ਕੁੱਟ ਕੇ ਪਾਵਾਂਗੇ। ਇਹਦੇ ਵਿੱਚ ਮੈਂ ਪਹਿਲਾਂ ਵੱਡੀ ਇਲਾਇਚੀ ਪਾਈ ਆ, ਉਹਦਾ ਬਹੁਤ ਵਧੀਆ ਜਿਹੜਾ ਫਲੇਵਰ ਆਉਂਦਾ ਹੈ। ਕੱਠਲ ਜਦੋਂ ਤੁਸੀਂ ਬਣਾਓ ਤਾਂ ਵੱਡੀ ਇਲਾਇਚੀ ਜ਼ਰੂਰ ਪਾਓ। ਇਹ ਇੱਕ ਟਿਪ ਹੈਗੀ ਆ, ਉਹਦੇ ਨਾਲ ਤੁਹਾਡੀ ਸਬਜ਼ੀ ਜਿਹੜੀ ਬਹੁਤ ਵਧੀਆ ਤਿਆਰ ਹੋਊਗੀ ਬਣ ਕੇ। ਹੁਣ ਮੈਂ ਜਿਹੜੀ ਅਜਵਾਇਣ ਆ ਉਹਨੂੰ ਪਾਉਂਗੀ। ਅਜਵਾਇਣ ਨੂੰ ਆਪਾਂ ਹਲਕਾ ਜਿਹਾ ਦਰੜ ਫਰੜ ਕਰਕੇ ਪਾਵਾਂਗੇ। ਇਸੇ ਤਰੀਕੇ ਜਿਹੜੀ ਅਜਵਾਇਣ ਹੈਗੀ ਆ ਉਹਦਾ ਬਹੁਤ ਵਧੀਆ ਜ਼ਿਆਦਾ ਟੇਸਟ ਆਉਂਦਾ ਆ। ਅਤੇ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਉਸੇ ਵੇਲੇ ਜਿਹੜੀ ਚੀਜ਼ ਆ ਉਹ ਕੁੰਡੇ ਵਿੱਚ ਕੁੱਟ ਕੇ ਹੀ ਪਾਈ ਜਾਵੇ ਤਾਂ ਕਿ ਜਿਹੜੀ ਸਬਜ਼ੀ ਆ ਬਹੁਤ ਲਾਜਵਾਬ ਬਣੇ। ਹੁਣ ਆਪਾਂ ਇਹ ਸਾਰੀਆਂ ਜਿਹੜੀਆਂ ਖੜ੍ਹੇ ਮਸਾਲੇ ਪਾਏ ਆ ਉਹਨਾਂ ਨੂੰ ਭੁੰਨ ਲਾਂਗੇ ਥੋੜ੍ਹੀ ਦੇਰ, 2 ਤੋਂ 3 ਸੈਕਿੰਡ ਲਈ ਭੁੰਨਾਂਗੇ ਹਿਲਾਉਂਦੇ ਹੋਏ। ਹੁਣ ਆਪਾਂ ਜਿਹੜਾ ਪਿਆਜ਼ ਸੀਗਾ ਇੱਕ ਉਹਨੂੰ ਮੋਟਾ ਮੋਟਾ ਕੱਟਾਂਗੇ ਕਿਉਂਕਿ ਜਿਹੜਾ ਪਹਿਲਾ ਮਸਾਲਾ ਸਾਡਾ ਉਹ ਚੁੱਕਿਆ ਆ। ਹੁਣ ਅਸੀਂ ਮੋਟਾ ਮੋਟਾ ਪਿਆਜ਼ ਜਿਹੜਾ ਆ 4-5 ਟੁਕੜਿਆਂ ਦੇ ਵਿੱਚ ਕਰਕੇ ਪਾ ਲਾਂਗੇ ਅਤੇ ਉਹਨੂੰ ਹਿਲਾਉਂਦੇ ਹੋਏ ਇਸ ਤਰ੍ਹਾਂ ਥੋੜ੍ਹੀ ਦੇਰ ਹੀ ਭੁੰਨਣਾ ਤਾਂ ਕਿ ਜਿਹੜਾ ਪਿਆਜ਼ ਆ ਹਲਕਾ ਹੀ ਸੌਫਟ ਹੋਵੇ, ਹਲਕਾ ਹੀ ਬਸ। ਫਿਰ ਅਸੀਂ ਅਗਲਾ ਸਟੈਪ ਕਰਦੇ ਹਾਂ। ਦੇਖੋ ਸਬਜ਼ੀ ਬਣਾਉਣ ਦਾ ਇਹ ਤਰੀਕਾ ਜਿਹੜਾ ਆ ਤੁਸੀਂ ਅਪਣਾ ਕੇ ਦੇਖੋ। ਕੱਠਲ ਦੀ ਸਬਜ਼ੀ ਜ਼ਰੂਰ ਬਣਾ ਕੇ ਖਾਓ, ਸਿਹਤ ਲਈ ਬਹੁਤ ਵਧੀਆ ਹੁੰਦੀ ਆ ਅਤੇ ਸਾਨੂੰ ਸਾਰਿਆਂ ਨੂੰ ਇਹ ਖਾਣੀ ਚਾਹੀਦੀ ਆ।
ਦੇਖੋ ਮੈਂ ਕਿਚਨ ਕਿੰਗ ਮਸਾਲਾ ਜਿਹੜਾ ਆ 2 ਚਮਚ ਪਾਊਂਗੀ ਇਹਦੇ ਵਿੱਚ ਅਤੇ ਅੱਛੀ ਤਰ੍ਹਾਂ ਹਿਲਾ ਲਾਂਗੇ ਆਪਾਂ, ਮਿਕਸ ਕਰ ਲਾਂਗੇ। ਉਸ ਤੋਂ ਬਾਅਦ ਮੈਂ ਮੀਟ ਮਸਾਲਾ ਪਾਊਂਗੀ 1 ਚਮਚ। ਇਹ ਜਿਹੜਾ ਮੀਟ ਮਸਾਲਾ ਹੁੰਦਾ ਇਹਦੇ ਵਿੱਚ ਕੋਈ ਮੀਟ ਨਹੀਂ ਹੁੰਦਾ, ਇਹ ਸਿਰਫ ਮਸਾਲਿਆਂ ਨੂੰ ਮਿਕਸ ਕਰਕੇ ਬਣਾਇਆ ਗਿਆ ਹੁੰਦਾ ਹੈ। ਇਹ ਕੱਟਲ ਵੀ ਇੱਕ ਮੀਟ ਦੀ ਤਰ੍ਹਾਂ ਹੀ ਦਿਖਾਈ ਦਿੰਦਾ ਹੈ। ਸੋ ਮੈਂ ਇਹਦੇ ਵਿੱਚ 1 ਚਮਚ ਮੀਟ ਮਸਾਲਾ ਐਡ ਕੀਤਾ, ਇਹਦਾ ਟੇਸਟ ਬਹੁਤ ਵਧੀਆ ਆਊਗਾ ਦੇਖਿਓ ਸਬਜ਼ੀ ਦਾ। ਹੁਣ ਅਸੀਂ ਗਰਮ ਮਸਾਲਾ 1 ਚਮਚ ਪਾ ਲਿਆ ਹੈਗਾ, ਹਲਦੀ ਪਾਈ ਆ 2 ਚਮਚ ਮੈਂ ਹਲਦੀ ਪਾ ਲਈ, 1 ਮੈਂ ਚਮਚ ਧਨੀਆ ਪਾਊਡਰ ਪਾ ਕੇ ਅੱਛੀ ਤਰ੍ਹਾਂ ਮਿਕਸ ਕਰ ਲਿਆ ਹੈਗਾ। ਕਸ਼ਮੀਰੀ ਮਿਰਚ ਪਾ ਲਓ ਥੋੜ੍ਹੀ ਜਿਹੀ, ਤੁਸੀਂ ਵੈਸੇ ਸਕਿਪ ਕਰ ਸਕਦੇ ਆ ਅਗਰ ਤੁਸੀਂ ਕਸ਼ਮੀਰੀ ਮਿਰਚ ਨਹੀਂ ਵੀ ਪਾਉਣਾ ਚਾਹੁੰਦੇ ਤਾਂ। ਸੋ ਥੋੜ੍ਹੀ ਜਿਹੀ ਮੈਂ ਕਸ਼ਮੀਰੀ ਮਿਰਚ ਪਾ ਲਈ 1 ਚਮਚ। ਹੁਣ ਆਪਾਂ ਜਿਹੜਾ ਫਰਾਈ ਹਲਕਾ ਫਰਾਈ ਕਰਕੇ ਰੱਖਿਆ ਸੀ ਕੱਠਲ, ਸਾਰਾ ਅਸੀਂ ਵਿੱਚ ਐਡ ਕਰ ਦਾਂਗੇ ਇਹਦੇ ਤੜਕੇ ਦੇ। ਹਾਂਜੀ ਇਸੇ ਤਰੀਕੇ ਜਿਹੜਾ ਆ ਅਸੀਂ ਸਾਰਾ ਕੱਠਲ ਐਡ ਕਰਕੇ ਅੱਛੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜਿਹੜਾ ਮਸਾਲਾ ਅੱਛੀ ਤਰ੍ਹਾਂ ਕੋਟ ਹੋ ਸਕੇ। ਹਲਕਾ ਜਿਹਾ ਤੁਸੀਂ 1/2 ਕੱਪ ਪਾਣੀ ਪਾਉਣਾ ਆ ਤਾਂ ਕਿ ਜਿਹੜਾ ਇਹ ਸਬਜ਼ੀ ਹੈਗੀ ਹੈ ਕੱਠਲ ਦੀ ਅੱਛੀ ਤਰ੍ਹਾਂ ਰਿੱਝ ਕੇ ਸੌਫਟ ਹੋ ਸਕੇ ਔਰ ਖਾਣ ਯੋਗ ਜਿਹੜੀ ਬਣ ਸਕੇ। ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਕਿਉਂਕਿ ਖੁਸ਼ਬੂ ਪਹਿਲਾਂ ਹੀ ਆਉਣੀ ਸ਼ੁਰੂ ਹੋ ਗਈ ਹੈ, ਬਹੁਤ ਅੱਛੀ ਅੱਛੀ। ਹਾਂਜੀ ਸਾਰਾ ਮਸਾਲਾ ਮਿਕਸ ਕਰੋ, ਫਿਰ ਅਸੀਂ ਇਸ ਨੂੰ ਢੱਕ ਕੇ ਪਕਾਵਾਂਗੇ। ਹਲਕੀ ਹਲਕੀ ਜਿਹੜੀ ਸਟੀਮ ਆ ਉਹਦੇ ਨਾਲ ਬਣੀ ਹੋਈ ਸਬਜ਼ੀ ਜਿਹੜੀ ਬਹੁਤ ਜ਼ਿਆਦਾ ਟੇਸਟੀ ਹੁੰਦੀ ਆ। ਇਸੇ ਤਰੀਕੇ ਆਪਾਂ ਢੱਕ ਕੇ ਵਿੱਚੋਂ ਵਿੱਚੋਂ ਇਸ ਤਰ੍ਹਾਂ ਚੈੱਕ ਕਰ ਲੈਣੀ ਆ, ਦੇਖੋ ਕਿੰਨੀ ਸੋਹਣੀ ਰਿੱਝ ਰਹੀ ਆ ਸਬਜ਼ੀ, ਔਰ ਥੋੜ੍ਹੀ ਜਿਹੀ ਹਿਲਾ ਵੀ ਦੇਣੀ ਆ ਤਾਂ ਕਿ ਇੱਧਰ ਉੱਧਰ ਸਾਰਾ ਮਸਾਲਾ ਜਿਹੜਾ ਮਿਕਸ ਹੋ ਸਕੇ। ਦੇਖੋ ਕਿੰਨੀ ਵਧੀਆ ਲੁੱਕ ਵੀ ਆ ਰਹੀ ਆ, ਖੁਸ਼ਬੂ ਤਾਂ ਆ ਹੀ ਰਹੀ ਹੈ ਬਹੁਤ ਵਧੀਆ ਜੀ। ਹੁਣ ਅਸੀਂ ਇਹਨੂੰ ਫਿਰ ਤੋਂ ਢੱਕ ਦੇਵਾਂਗੇ, ਥੋੜ੍ਹੀ ਦੇਰ ਬਾਅਦ ਅਸੀਂ ਇਸ ਨੂੰ ਖੁੱਲ੍ਹਾ ਰੱਖ ਕੇ ਪਕਾ ਲਾਂਗੇ। ਹਾਂਜੀ 2-3 ਮਿੰਟ ਹੀ ਅਸੀਂ ਖੁੱਲ੍ਹਾ ਰੱਖ ਕੇ ਪਕਾਉਣਾ ਆ। ਸਬਜ਼ੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਚੁੱਕੀ ਹੈ, ਆਪਾਂ ਇਹਦੇ ਵਿੱਚ ਨਮਕ ਜਿਹੜਾ ਆ ਪਹਿਲਾਂ ਨਹੀਂ ਪਾਉਣਾ ਕਿਉਂਕਿ ਇਹਨੇ ਫਿਰ ਹੋਰ ਜ਼ਿਆਦਾ ਪਾਣੀ ਛੱਡ ਦੇਣਾ ਕੱਠਲ ਨੇ ਅਤੇ ਚਿਪ 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 ਛੱਡਣੀ ਸ਼ੁਰੂ ਹੋ ਜਾਣੀ ਹੈ। ਇਸ ਕਰਕੇ ਅਸੀਂ ਜਿਹੜਾ ਨਮਕ ਆ ਉਹ ਹਮੇਸ਼ਾ ਲਾਸਟ ਦੇ ਵਿੱਚ ਹੀ ਐਡ ਕਰਨਾ ਆ, ਜਦੋਂ ਸਬਜ਼ੀ ਸਾਡੀ ਬਣਨ ਵਾਲੀ ਹੋਵੇ ਨਾ ਉਸ ਵੇਲੇ ਅਸੀਂ ਜਿਹੜਾ ਨਮਕ ਐਡ ਕਰਾਂਗੇ, ਫਿਰ ਜਿਹੜੀ ਇਹ ਚਿਪ 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 ਨਹੀਂ ਛੱਡੇਗਾ, ਲੇਸ ਨਹੀਂ ਆਊਗੀ। ਹਾਂਜੀ ਦੇਖੋ ਹੁਣ ਅਸੀਂ ਸਬਜ਼ੀ ਨੂੰ ਚੈੱਕ ਕਰ ਲੈਂਦੇ ਹਾਂ ਕਿ ਸਾਡੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਆ, ਬਣ ਕੇ ਤਿਆਰ ਵੀ ਹੋਈ ਆ ਜਾਂ ਹਲੇ ਕੁਛ ਟਾਈਮ ਰਹਿੰਦਾ। ਸਬਜ਼ੀ ਸਾਡੀ ਆਲਮੋਸਟ ਬਣ ਕੇ ਤਿਆਰ ਹੋ ਚੁੱਕੀ ਆ, ਦੇਖੋ ਕਿੰਨਾ ਵਧੀਆ ਕਲਰ ਆਇਆ, ਖੁਸ਼ਬੂ ਬਹੁਤ ਵਧੀਆ ਆ ਰਹੀ ਆ, ਲੁੱਕ ਵਾਈਜ਼ ਬਹੁਤ ਵਧੀਆ ਲੱਗ ਰਹੀ ਆ। ਹੁਣ ਦੇਖੋ ਜਦੋਂ ਵੀ ਸਬਜ਼ੀ ਸਾਡੀ ਬਣ ਚੁੱਕੀ ਹੋਵੇ ਉਦੋਂ ਤੁਸੀਂ ਹਲਕਾ ਜਿਹਾ ਇਸ ਤਰ੍ਹਾਂ ਕੱਟ ਕੇ ਦੇਖ ਲੈਣਾ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਸਾਡੀ ਜਿਹੜੀ ਸਬਜ਼ੀ ਸੌਫਟ ਹੋ ਚੁੱਕੀ ਹੈ ਜਾਂ ਨਹੀਂ। ਹੁਣ ਦੇਖੋ ਕੱਠਲ ਈਜ਼ੀਲੀ ਜਿਹੜਾ ਆ ਕੱਟ ਹੋ ਰਿਹਾ ਸੀ, ਸਬਜ਼ੀ ਤਿਆਰ ਹੈ, ਹੁਣ ਅਸੀਂ ਸਰਵ ਕਰ ਲਾਂਗੇ। ਬਹੁਤ ਵਧੀਆ ਜਿਹੜੀ ਹੈ ਸਬਜ਼ੀ ਤਿਆਰ ਹੋਈ ਹੈ ਬਣ ਕੇ, ਬਹੁਤ ਟੇਸਟੀ ਬਣੀ ਹੈ ਸਬਜ਼ੀ।
बहुत वधिया लुक वाइज लग रही है। ਤੁਸੀਂ ਐਂਡ ਵਿੱਚ ਮੇਥੀ ਜਿਹੜੀ ਆ ਸਪਰੈਡ ਕਰ ਸਕਦੇ ਆ। ਮੈਂ ਇੱਥੇ ਸੁੱਕਾ ਧਨੀਆ ਸਪਰੈਡ ਕਰ ਰਹੀ ਹਾਂ, ਤੁਸੀਂ ਇਹਦੀ ਜਗ੍ਹਾ 'ਤੇ ਮੇਥੀ ਵੀ ਕਰ ਸਕਦੇ ਆ। ਹਾਂਜੀ, ਖਾਣ ਲਈ ਤਿਆਰ ਆ ਸਬਜ਼ੀ। ਤੁਸੀਂ ਇਹਨੂੰ ਚਪਾਤੀ ਨਾ ਖਾਓ, ਪੂਰੀਆਂ ਨਾ ਖਾਓ, ਜਿਸ ਤਰ੍ਹਾਂ ਵੀ ਮਰਜ਼ੀ ਖਾਓ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ ਟੇਸਟ ਕਰਕੇ ਦੱਸੂੰਗੀ ਕਿ ਮੇਰੀ ਸਬਜ਼ੀ ਕਿਸ ਤਰ੍ਹਾਂ ਦੀ ਬਣੀ ਹੈ। ਸਬਜ਼ੀ ਜਿਹੜੀ ਆ ਬਹੁਤ ਟੇਸਟੀ ਬਣੀ ਆ ਔਰ ਖੁਸ਼ਬੂ ਬਹੁਤ ਵਧੀਆ ਆ ਰਹੀ ਹੈ ਜੀ। ਤੁਸੀਂ ਵੀ ਮੇਰੇ ਤਰੀਕੇ ਨਾਲ ਕਟਹਲ ਦੀ ਸਬਜ਼ੀ ਬਣਾਓ, ਹੈਲਦੀ ਰਹੋ। ਥੈਂਕ ਯੂ।